ਅੱਜ ਅਸੀਂ ਲੱਗੇ ਆਪਣੇ ਖੇਤਾਂ ਦੇ ਵਿੱਚ ਸਪਰੇਅ ਕਰਨ। ਮੇਰੇ ਨਾਲ ਬੈਠੇ ਮੇਰੇ ਤਾਇਆ ਜੀ, ਪਿਆਰ ਨਾਲ ਅਸੀਂ ਡੈਡੀ ਜੀ ਕਹਿੰਦੇ ਹਾਂ। ਇੱਧਰ ਜਿਹਨੇ ਸਪਰੇਅ ਕਰਨੀ ਆ ਪ੍ਰਦੀਪ, ਸਵੇਰ ਦਾ 600 ਰੁਪਏ ਦਿਹਾੜੀ ਬਣਾ ਚੁੱਕਿਆ ਅਤੇ ਹੁਣ ਇਹਨੇ ਮੇਰੀ ਕਰਨੀ, ਅੱਜ ਦੀ ਇਹਨੇ 1000 ਰੁਪਏ ਦਿਹਾੜੀ ਬਣਾ ਲੈਣੀ ਆ। ਪੈਟਰੋਲ 200 ਦਾ ਪੈਟਰੋਲ ਲਾ ਜੂ, 150 ਰੁਪਏ ਦਾ ਪੈਟਰੋਲ ਲਾ ਜਾਣਾ, ਤਕਰੀਬਨ ਇਹਨੇ 800 ਰੁਪਏ ਦੀ ਦਿਹਾੜੀ ਪਾ ਲੈਣੀ। ਡੈਡੀ ਆਪਾਂ ਪਹਿਲਾਂ ਕਰਦੇ ਹੁੰਦੇ ਸਪਰੇਅ ਦੂਜੇ ਪੰਪਰਾਂ ਨਾਲ ਕਰਦੇ ਹੁੰਦੇ ਸੀ, ਅਤੇ ਹੁਣ ਤਾਂ ਜ਼ਮਾਨਾ ਬੜਾ ਡਿਵੈਲਪ ਹੋ ਗਿਆ ਅਤੇ ਦੂਜਾ ਚੱਲ ਪਿਆ ਆਹ ਇੰਜਨ ਵਾਲੇ ਚੱਲ ਪਏ, ਮਿੰਟ ਫਟਾਫਟ ਸਾਰਾ ਕੰਮ ਨਿਬੜ ਜਾਂਦਾ। ਪਹਿਲਾਂ ਅਸੀਂ ਆਪ ਕਰਦੇ ਹੁੰਦੇ ਤੇ ਹੁਣ ਤੁਹਾਨੂੰ ਪਤਾ ਹੀ ਆ ਵੀ ਬੰਦੇ ਬੁਲਾ ਲਈ ਤੇ ਆਪੇ ਕਰਕੇ ਲੰਘ ਜਾਂਦੇ ਆ ਇਹ। ਅਤੇ ਹਾਂ, ਦਵਾਈ ਆ ਹੁਣ ਇਹਦੀ ਕੰਪਨੀ ਦੀ ਮਸ਼ਹੂਰੀ ਨਹੀਂ ਕਰਨੀ, ਇਹ ਨਹੀਂ ਦੱਸਣੀ ਸੀ ਕਿਹੜੀ ਦਵਾਈ ਆ, ਐਵੇਂ ਕੰਪਨੀ ਦੀ ਮਸ਼ਹੂਰੀ ਹੋ ਜੂਗੀ। ਫਿਰ ਐਂ ਕਰੀ, ਚਾਰ ਚਾਰ ਪੰਪ ਲਾ ਕੇ ਦੇ ਦੇ, ਤਾਂ ਪੰਜ ਲਾਊਂਗਾ, ਚਾਰ ਚਾਰ ਪੰਪ ਲਾ ਆ ਹਰੇਕ ਕਿੱਲੇ ਦੇ ਵਿੱਚ, ਪੰਜ ਨਾਲ ਤੇਰੀ ਗੱਲ ਬਣੀ, ਚਾਰ ਦਾ ਰੱਖ ਤੂੰ ਆਹੋ ਵਿੱਚ। ਮੇਰਾ ਆਹ ਖੇਤਾਂ ਵਿੱਚ ਕੰਮ ਮੇਰਾ ਨਿਬੜ ਚੁੱਕਿਆ, ਸਪਰੇਅ ਸਾਰੀ ਕਰਤੀ, ਜਿੰਨੇ ਪੰਪ ਲੱਗਣੇ ਤੇ ਇੱਥੇ ਖੇਤਾਂ ਵਿੱਚ ਮੁੰਡੇ ਨੇ ਪੰਪ ਲਾ ਤੇ, ਹੁਣ ਆਪਾਂ ਨੇ ਲਾਉਣਾ ਉੱਧਰ ਦੂਜੇ ਖੇਤਾਂ 'ਚ ਜਾ ਕੇ। ਜੇ ਤਾਂ ਸਵੇਰੇ ਲਾ ਦੂੰ ਸ਼ਾਮ ਹੋ ਗਈ, ਹੁਣ ਲਾ ਦੂੰਗਾ, ਜੇ ਥੱਕਿਆ ਤਾਂ ਸਵੇਰੇ ਲਾ ਦੀ, ਜੇ ਹੁਣ ਟਾਈਮ ਹੈਗਾ ਤਾਂ ਹੁਣ ਲਾ ਦੇ। ਸੂਰਜ ਗਿਆ ਨਾ, ਇੰਨੇ ਜਾਏਗਾ ਇੰਨੇ ਅੰਦਰ ਵੱਧ ਜਾਏਗਾ, ਕੋਈ ਫਾਇਦਾ ਨਹੀਂ ਹੈ ਕਰਕੇ। ਹਾਂ, ਜੇ ਸਵੇਰੇ ਕਰਦੀ ਫਿਰ ਉੱਥੇ, ਹਾਂਜੀ ਸਵੇਰੇ ਸਾਝਰੇ ਆਪੇ ਇੱਥੇ ਮੇਰੇ ਘਰ ਆਊਗਾ ਤਾਂ ਉੱਥੇ। ਨਹੀਂ ਨਹੀਂ ਘਰ ਆ, ਚੱਲ ਘਰ ਆ ਜੀ ਫਿਰ, ਮੇਰੇ ਤੋਂ ਬਹਿ ਜਾ ਹੁਣ ਉੱਥੇ, ਗੱਲਾਂ ਬਾਤਾਂ ਮਾਰਦੇ ਆਪਾਂ। ਭਈਆ ਜੀ ਕਹਿ ਦਿੰਦੇ, ਚੱਲ ਆਪਣੇ ਬਈਆ, ਇੱਕ ਬਈਆ ਹੁੰਦਾ ਭਈਆ ਪਿਆਰ ਨਾਲ, ਭਾਈ ਨੂੰ ਕਹਿੰਦੇ, ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ। ਇਹ ਛੋਟਾ ਜਿਹਾ ਹੁੰਦਾ ਹੀ ਸਾਡੇ ਇੱਥੇ ਪੰਜਾਬ ਵਿੱਚ ਆਇਆ ਹੋਇਆ, ਤੇ ਕਿੰਨਾ ਕਿੰਨੇ ਸਾਲ ਦਾ ਜਾ ਤੂੰ ਆ ਗਿਆ ਇੱਥੇ? 4-5 ਸਾਲ ਦਾ ਇਹ ਸਾਡੇ ਪਿੰਡ 'ਚ ਕੰਮ ਕਰਦਾ, ਹੁਣ ਜਿਹੜੀ ਬਹੁਤ ਤਰੱਕੀ ਕਰ ਚੁੱਕੇ, ਸਾਰੇ ਪਿੰਡ ਦਾ ਭੇਤ ਪਿਆ ਹੋਇਆ, ਇਕੱਲੇ ਇਕੱਲੇ ਖੇਤ ਦਾ ਪਤਾ ਕਿੱਥੇ ਆ। ਮੈਂ ਇੱਕ ਵਾਰ ਟੈਲੀਫੋਨ ਦੀ ਕਰਨ ਦੀ ਲੋੜ ਆ ਜਦੇ ਆ ਜਾਂਦਾ, ਅਤੇ ਮੈਂ ਵੀ ਕੋਸ਼ਿਸ਼ ਕਰਦਾ ਹੁੰਦਾ, ਦੇਖ ਹੁਣ ਇਹਦੇ ਆਪਣੀ ਇਹਨੇ ਪੰਪ ਲਾਏ ਅੱਜ, ਇਹਨੂੰ ਨਾਲ ਦੀ ਨਾਲ ਇਹਦੇ ਪੈਸੇ ਦੇ ਦੇਣੇ ਮੈਂ। ਮੇਰਾ ਆਪਣੇ ਵੱਲ ਤਾਂ ਇਹੀ ਕੋਸ਼ਿਸ਼, ਜਿਹੜਾ ਵੀ ਕੋਈ ਮੇਰੇ ਕੋਲ ਦਿਹਾੜੀਆਂ ਕਰਨ ਆਉਂਦਾ, ਇਹ ਮੇਰੇ 'ਤੇ ਬਹੁਤ ਖੁਸ਼ ਰਹਿੰਦੇ ਵੀ ਆ ਜੀ ਤੇਰੇ ਨਾਲ ਕੰਮ ਕਰਕੇ ਬੜਾ ਮਜ਼ਾ ਆ ਜਾਂਦਾ, ਵੀ ਜਦੋਂ ਅਸੀਂ ਤੇਰੇ ਨਾਲ ਕੰਮ ਕਰਦੇ ਤੁਸੀਂ ਨਾਲ ਦੀ ਨਾਲ ਪੈਸੇ ਦਿੰਦਾ। ਇਹ ਆਪਣੇ ਵੱਲ ਤਾਂ ਮੈਂ ਹੋਰ ਵੀ ਜਿੰਨੇ ਵੀ ਮਜ਼ਦੂਰਾਂ ਤੁਸੀਂ ਆਪਣੇ ਨਾਲ ਲਾਉਂਦੇ ਹੋ, ਤਾਂ ਕੋਸ਼ਿਸ਼ ਕਰੇ ਕਰੋ ਜਿਹੜੇ ਬੰਦੇ ਨੇ ਦਿਹਾੜੀ ਖਤਮ ਕੀਤੀ, ਤੁਸੀਂ ਨਾਲ ਦੀ ਮਜ਼ਦੂਰੀ ਦੇ ਦਿਆ ਕਰੋ। ਵੀ ਕਹਿੰਦੇ ਨੇ ਵੀ ਜਦੋਂ ਕਹਿੰਦੇ ਮਜ਼ਦੂਰ ਕੋਈ ਲੱਗਦਾ ਵੀ ਉਹਦੀ ਉਹਦਾ ਜਿਹੜਾ ਪਸੀਨਾ ਉਹ ਠੰਡਾ ਨਾ ਹੋਵੇ, ਉਸ ਤੋਂ ਪਹਿਲਾਂ ਉਹਦੇ ਹੱਥ ਵਿੱਚ ਪੈਸੇ ਰੱਖ ਦਿਓ। ਮੈਂ ਵੀ ਬਸ ਹੁਣ ਇਹਦੇ ਘਰਾਂ ਜਾਂਦੀ ਸਾਰੇ ਕੰਮ ਨਿਬੜਿਆ, ਉਹਨਾਂ ਨੂੰ ਰੋਟੀ ਪਾਣੀ ਖਿਲਾ ਕੇ ਅਤੇ ਇਹਦੇ ਨਾਲ ਦੀ ਨਾਲ ਇਹਦੇ ਪੈਸੇ ਦੇ ਦੇਣੇ ਮੈਂ। ਔਰ ਤੁਸੀਂ ਅੱਜ ਮੇਰੇ ਖੇਤ ਦੇਖੇ ਲਏ ਆ, ਅਤੇ ਕੱਲ੍ਹ ਨੂੰ ਦੇਖਦਾ ਵੀ ਜਿਹੜੇ ਦੂਜੇ ਖੇਤ ਹੈ ਉੱਥੇ ਦੀ ਮੈਂ ਸ਼ੂਟ ਕਰਕੇ ਪਾਊਂਗਾ, ਜਿਵੇਂ ਕੋਲ ਟਾਈਮ ਹੋਇਆ ਸਵੇਰੇ ਸਾਜਰੇ, ਅਤੇ ਉੱਧਰ ਦੀ ਪਾਊਂਗਾ। ਅਤੇ ਹੁਣ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਵਾਸਤੇ। ਪ੍ਰਦੀਪ ਨੇ ਹੁਣ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਜੀ, ਗੱਲ ਤੁਸੀਂ ਮੰਨਣੀ, ਜੋ ਇਸ ਕਹੂਗਾ ਤੁਸੀਂ ਉਹ ਕਰਨਾ ਜ਼ਰੂਰ। ਸਰਦਾਰ ਜੀ ਦੀ ਵੀਡੀਓ ਨੂੰ ਲਾਈਕ ਕਰੋ ਔਰ ਸ਼ੇਅਰ ਕਰੋ ਜੀ। ਹਾਂ, ਦੇਖਿਆ ਉਹਨੇ ਕਿਆ ਕਿਹਾ, ਹੁਣ ਕਹਿੰਦਾ ਸਰਦਾਰ ਜੀ ਦੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਤੁਸੀਂ ਜ਼ਰੂਰ ਕਰਨੀ ਆ, ਠੀਕ ਹੈ।
ओके फिर चल।